ਅਮਰੀਕਾ ਨੇ ਸਭ ਤੋਂ ਜ਼ਿਆਦਾ ਫੌਜ ਭੇਜੀ ਹੈ ਮਿਡਲ ਈਸਟ ਦੇ ਵਿੱਚ ਤੇ ਅਮਰੀਕਾ ਕੁਝ ਵੱਡਾ ਕਰਨ ਜਾ ਰਹੀ ਹੈ ਜਾਂ ਹੋਰ ਦੇਸ਼ ਵੀ ਭੇਜ ਰਹੇ ਹੈ ਤੇ ਇੰਡੀਆ ਕਿਸ ਵੱਲ ਖੜਾ ਜੀ ਹਾਂਜੀ ਬ੍ਰਾਡਸਪ ਜਿਹੜੀ ਸੂਰਤੇ ਹਾਲ ਇਸ ਵੇਲੇ ਬਣੇ ਹੋਏ ਹੈ ਇਹਨਾਂ ਤੋਂ ਲੱਗ ਰਿਹਾ ਹੈ ਕਿ ਮਿਡਲ ਈਸਟ ਦੇ ਵਿੱਚ ਕੁਝ ਹੁਣ ਵੱਡਾ ਵਾਪਰਨ ਵਾਲਾ ਹੈ ਆਪਾਂ ਦੇਖਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਈਰਾਨ ਤੇ ਇਜ਼ਰਾਈਲ ਦੇ ਵਿੱਚ ਕਾਫੀ ਤਲਖ ਕਲਾਮੀ ਵਧੀ ਇੱਕ ਦੂਜੇ ਦੇ ਬੰਦੇ ਮਾਰਨੇ ਇੱਕ ਦੂਜੇ ਦੇ ਉੱਤੇ ਡਰੋਨ ਅਟੈਕ ਇੱਕ ਦੂਜੇ ਦੇ ਉੱਤੇ ਰਾਕਟ ਲਾਂਚ ਕੀਤੇ ਗਏ ਇਸ ਤਰੀਕੇ ਨਾਲ ਲੋਕਾਂ ਨੂੰ ਮਹਿਸੂਸ ਹੋਣ ਲੱਗਿਆ ਕਿ ਜਿਵੇਂ ਹੁਣ ਵੀ ਖਤਮ ਹੋ ਰਿਹਾ ਹੈ ਇੱਕ ਪਾਸਾ ਇੱਕ ਇਸ ਤਰੀਕੇ ਨਾਲ ਲਗਾਤਾਰ ਬ੍ਰਾਡਸਬ ਉਹ ਜਿਹੜੇ ਖਤਰਨਾਕ ਰਾਕਟ ਧਾਗੇ ਗਏ ਹੈ ਜਿਵੇਂ ਤਿਹਾਰਾਂ ਤੇ ਚੱਲਦੇ ਹੈ ਸੋ ਇੱਕ ਦੂਜੇ ਦਾ ਨੁਕਸਾਨ ਲੰਮੇ ਸਮੇਂ ਤੋਂ ਵੱਧਿਆ ਹੋਇਆ ਹੈ ਇਹ ਮਾਮਲਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਇਜ਼ਰਾਈਲ ਨੇ ਈਰਾਨ ਦੇ ਇੱਕ ਦੋ ਵੱਡੇ ਲੀਡਰਾਂ ਨੂੰ ਮਾਰਿਆ ਹੈ ਸੋ ਹੁਣ ਪਤਾ ਇਹ ਲੱਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਪ੍ਰੋਐਕਟਿਵਲੀ ਅਮਰੀਕੀ ਫੌਜੀ ਵੀ ਦਖਲ ਦੇ ਰਹੇ ਨੇ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਇਸ ਜਿਹੜੀ ਅੱਗ ਭੜਕ ਰਹੀ ਆ ਹੁਣ ਇਹ ਨਹੀਂ ਸਮਝਾ ਰਹੀ ਕਿ ਇਹਦੇ ਉੱਤੇ ਕਾਬੂ ਪਾਉਣ ਦੇ ਲਈ ਬੰਦੇ ਭੇਜੇ ਜਾ ਰਹੇ ਨੇ ਕੁਝ ਲੋਕ ਇਹ ਵੀ ਸ਼ੱਕ ਕਰ ਰਹੇ ਆ ਕਿ ਇਸ ਅੱਗ ਦੇ ਉੱਤੇ ਤੇਲ ਪਾਉਣ ਦੀ ਸਲਾਹ ਤਾਂ ਨਹੀਂ ਹੋ ਰਹੀ ਇਸ ਵੇਲੇ ਜਿਹੜੀ ਰਿਪੋਰਟ ਆਪਣੇ ਕੋਲੇ ਪਹੁੰਚੀ ਆ ਉਹਦੇ ਮੁਤਾਬਕ ਜੋ ਬਾਈਡਨ ਹੋ ਰਹੇ ਨੇ ਜਿਹੜੇ ਹੁਕਮ ਦਿੰਦੇ ਨੇ ਉਸ ਤੋਂ ਬਾਅਦ ਮਿਡਲ ਈਸਟ ਦੇ ਵਿੱਚ ਯੂਐਸ ਦੀ ਆਰਮੀ ਦੇ 43000 ਤੋਂ ਵੱਧ ਸੈਨਿਕ ਹੈ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਤਾਇਨਾਤ ਨੇ ਉਹ ਸਾਰੇ ਮਿਡਲ ਈਸਟ ਦੇ ਵਿੱਚ ਪਹੁੰਚ ਜਾਣਗੇ ਜਿਹੜੇ ਕਿ ਇਜ਼ਰਾਈਲ ਦੇ ਮੋਢੇ ਨਾਲ ਲਾ ਕੇ ਮੋਢਾ ਲਾ ਕੇ ਖੜੇ ਹੋਣਗੇ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬ੍ਰਿਟੇਨ ਨੇ ਵੀ ਆਪਣੀ ਆਰਮੀ ਦੇ ਵਿੱਚ ਇੱਕ ਵੱਡੀ ਫੌਜ ਹੈ ਜਿਹੜੀ ਉਹ ਇਧਰ ਨੂੰ ਭੇਜੀ ਹੈ ਤੁਸੀਂ ਵਟਸਐਪ ਸਵਾਲ ਕੀਤਾ ਕਿ ਇੰਡੀਆ ਕਿਹੜੇ ਪਾਸੇ ਖੜਾ ਹੈ ਵੈਸੇ ਤਾਂ ਮੰਨਿਆ ਜਾਂਦਾ ਹੈ ਕਿ ਇੰਡੀਆ ਦੀ ਦੋਸਤੀ ਦੋਹਾਂ ਦੇ ਨਾਲ ਹੀ ਚੱਲ ਰਹੀ ਹੈ ਕਿਸੇ ਨੂੰ ਉਹ ਇਹ ਨਹੀਂ ਕਹਿ ਰਿਹਾ ਕਿ ਇੱਕ ਦੂਜੇ ਦਾ ਨੁਕਸਾਨ ਕਰੋ ਕਿਸੇ ਨੂੰ ਉਹ ਅਜੇ ਤੱਕ ਕੋਈ ਸ਼ਾਂਤੀ ਦੇ ਸੁਝਾਅ ਬਾਰੇ ਵੀ ਨਹੀਂ ਪਤਾ ਲੱਗਿਆ ਪਰ ਫਿਲਹਾਲ ਜਿਹੜੀ ਪਹਿਲੀ ਖਬਰ ਇੰਡੀਆ ਦੇ ਹਵਾਲੇ ਤੋਂ ਆਈ ਹੈ ਇਹ ਪਤਾ ਲੱਗਿਆ ਕਿ ਤਿੰਨਕ ਜਿਹੜੇ ਜਿਹੜੇ ਸਮੁੰਦਰੀ ਬੇੜੇ ਹੁੰਦੇ ਨੇ ਜਿਹੜੇ ਸੈਨਾਾਂ ਦੇ ਲਈ ਸਪੈਸ਼ਲੀ ਬਣੇ ਹੁੰਦੇ ਨੇ ਨਾਵਲ ਕਹਿ ਲੀਏ ਆਪਾਂ ਜਿਹੜੇ ਬੋਟਸ ਹੁੰਦੀਆਂ ਵੱਡੀਆਂ ਉਹ ਤਿੰਨਕ ਈਰਾਨ ਦੇ ਵੱਲ ਭੇਜੀਆਂ ਜਾ ਚੁੱਕੀਆਂ ਜੋ ਕਿ ਤਾਜ਼ਾ ਰਿਪੋਰਟਾਂ ਦੇ ਮੁਤਾਬਕ ਈਰਾਨ ਦੀ ਬੰਦਰਗਾਤੇ ਪਹੁੰਚ ਚੁੱਕੀਆਂ ਹੋਈਆਂ ਨੇ ਸੋ ਕੁਝ ਨਾ ਕੁਝ ਬਲੱਡਸਪ ਵੱਡਾ ਕੱਟ ਸਕਦਾ ਹੈ ਕਾਫੀ ਹੋਰ ਵੀ ਛੋਟੇ ਜਿਹੜੇ ਮੁਲਕ ਜਿਹੜੇ ਇਹ ਇਹਨਾਂ ਦੋਹਾਂ ਦੇ ਅਲਾਈਜ਼ ਹੈਗੇ ਆ ਉਹ ਇਸ ਕਤਾਰਬੰਦੀ ਦੇ ਵਿੱਚ ਆ ਕੇ ਖੜੇ ਹੋ ਰਹੇ ਆ ਜੇ ਇਰਾਨ ਦੇ ਆਪਾਂ ਮੇਜਰ ਸਪੋਰਟਰਸ ਗੱਲ ਕਰੀਏ ਤਾਂ ਚੀਨ ਤੇ ਨਾਲ ਦੀ ਨਾਲ ਰਸ਼ੀਆ ਉਹਨਾਂ ਦੇ ਵੱਡੇ ਸਪੋਰਟਰ ਹੈਗੇ ਨੇ ਜੇ ਇੱਥੋਂ ਮਾਮਲਾ ਪੜਕਦਾ ਤਾਂ ਕਾਫੀ ਕੁਝ ਜਿਹੜਾ ਵੱਡਾ ਨੁਕਸਾਨਿਆ ਜਾ ਸਕਦਾ ਜੀ ਬਿਲਕੁਲ ਜੀ ਜੇਕਰ ਇਹ ਹੁਣ ਰੌਲਾ ਪੈ ਗਿਆ ਭਾਈ ਇਹਨਾਂ ਦਾ ਆਪਸ ਵਿੱਚ ਮੈਂ ਤਾਂ ਇਹ ਰੌਲਾ ਪਿਆ ਕਿਉਂ ਬਹੁਤਿਆਂ ਦੇ ਦਿਮਾਗ 'ਚ ਕੁਐਸਚਨ ਹੋਣਾ ਤੇ ਬਾਕੀ ਇਹ ਰੌਲਾ ਪਹਿਲਾਂ ਕਿਸੇ ਹੋਰ ਨਾ ਕੰਟਰੀ ਨਾਲ ਸੀਗਾ ਤੇ ਇਜ਼ਰਾਈਲ ਦਾ ਹੀ ਹਰ ਵਾਰੀ ਕਿਸੇ ਨਾਲ ਪੰਗਾ ਕਿਉਂ ਪੈਂਦਾ ਕੀ ਇਜ਼ਰਾਈਲ ਲੜਾਕਾ ਲੜੁਕਾ ਵਾਲ ਇਹਦੇ 'ਚ ਕੋਈ ਸ਼ੱਕ ਨਹੀਂ ਬ੍ਰਾਡਸਪਕੀ ਇਜ਼ਰਾਈਲ ਲੜਾਕਾ ਬਹੁਤਾ ਜੀ ਤੁਸੀਂ ਨਾ ਇਹਨਾਂ ਨੂੰ ਮੈਪ ਦੇ ਉੱਤੇ ਦੇਖੋਗੇ ਤੁਸੀਂ ਦੇਖੋਗੇ ਇਰਾਨ ਕਿੰਨਾ ਵੱਡਾ ਹੈ ਤੇ ਇਜ਼ਰਾਈਲ ਕਿੰਨਾ ਛੋਟਾ ਇਸ ਦੇ ਬਾਵਜੂਦ ਵੀ ਇਰਾਨ ਦੀ ਜਿਹੜੀ ਟੈਕਨੋਲੋਜੀ ਹੈ ਇਜ਼ਰਾਈਲ ਦੇ ਅੱਗੇ ਛੁੱਟੀ ਪੈਂਦੀ ਨਜ਼ਰ ਆਉਂਦੀ ਹੈ ਤੁਸੀਂ ਕਹਿੰਦੇ ਕਿ ਲੜਾਈ ਸ਼ੁਰੂ ਕਿੱਥੋਂ ਹੋਈ ਤੁਹਾਨੂੰ ਪਤਾ ਹੋਣਾ ਪਿਛਲੇ ਸਾਲ ਵੀ ਆਪਾਂ ਖਬਰਾਂ ਕੀਤੀਆਂ ਸੀਗੀਆਂ ਜਦੋਂ ਜੰਗੀ ਕੈਦੀਆਂ ਦੇ ਬਦਲੇ ਇੱਕ ਸੈਂਕਸ਼ਨ ਇੱਕ ਅਮਾਉਂਟ ਦੇ ਉੱਤੇ ਲੱਗੀ ਹੋਈ ਸੀ ਜੋ ਬਾਈਡਨ ਹੋਰਾਂ ਨੇ ਉਹ ਇੱਕ ਵੱਡਾ ਅਮਾਉਂਟ ਸੀ ਜਿਹੜਾ ਬਿਲੀਅਨਸ ਆਫ ਡਾਲਰ ਦਾ ਉਹ ਰਿਲੀਜ਼ ਕਰ ਦਿੱਤਾ ਸੀ ਈਰਾਨ ਦੇ ਲਈ ਉਸ ਤੋਂ ਬਾਅਦ ਚਰਚਾਵਾਂ ਇਹ ਹੋਈਆਂ ਕਿ ਈਰਾਨ ਨੇ ਉਹ ਪੈਸਾ ਜਿਹੜਾ ਉਹ ਵਾਪਸ ਭੇਜਿਆ ਹਮਾਸ ਨੂੰ ਜਿਹੜੇ ਕਿ ਫਲਸਤੀਨ ਦੇ ਲੜਾਕੇ ਨੇ ਹਮਾਸ ਵਾਲਿਆਂ ਨੇ ਉਹਦੇ ਨਾਲ ਕੁਝ ਘਾਤਕ ਹਥਿਆਰ ਬਣਾਏ 7 ਅਕਤੂਬਰ 2023 ਨੂੰ ਉਹਨਾਂ ਨੇ ਹਮਲਾ ਕੀਤਾ ਉੱਥੋਂ ਇਹ ਸਾਰਾ ਮਾਮਲਾ ਤੁਰਿਆ ਸੀਗਾ ਜਦੋਂ ਰਾਤੋਂ ਰਾਤ 1200 ਤੋਂ ਵੱਧ ਜਿਹੜੇ ਬੇਕਸੂਰ ਇਜ਼ਰਾਈਲੀਆਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਰਿਟੈਲੀਏਟ ਕਰਨਾ ਸ਼ੁਰੂ ਕੀਤਾ 40000 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਗਈ ਲਗਾਤਾਰ ਇਹ ਮਾਮਲਾ ਫਿਊਲ ਅਪ ਹੁੰਦਾ ਰਿਹਾ ਜੀ ਬਿਲਕੁਲ ਜੀ ਜੇਕਰ ਇਹ جنگ ਲੱਗਦੀ ਹੈ ਤਾਂ ਅਮਰੀਕਾ ਨੂੰ ਕਿੰਨਾ ਨੁਕਸਾਨ ਆ ਇੰਡੀਆ ਨੂੰ ਕਿੰਨਾ ਨੁਕਸਾਨ ਆ ਤੇ ਕਿਸ ਨੂੰ ਕੀ ਫਾਇਦਾ ਹੋ ਸਕਦਾ ਹੈ ਅ ਬ੍ਰਾਟਸਬ ਇਹ ਨਾ ਪਾਕ ਅਕਸਰ ਗੱਲਾਂ ਬਾਤਾਂ ਸੁਣਦੇ ਹੁੰਦੇ ਨੇ ਜੰਗਾਂ ਦੇ ਨੁਕਸਾਨ ਤਾਂ ਹਰ ਇੱਕ ਨੂੰ ਹੁੰਦੇ ਆ ਸਭ ਤੋਂ ਵੱਡਾ ਹੁੰਦਾ ਜਿਹੜੇ ਇੱਕ ਦੇਸ਼ ਜਿਹੜੇ ਦੇ ਵਿੱਚ ਅੱਗ ਲੱਗੀ ਹੈ ਜਿੱਥੇ ਜੰਗ ਲੱਗੀ ਹੈ ਉੱਥੇ ਨੁਕਸਾਨ ਹੋਣਾ ਹੁਣ ਇੰਡੀਆ ਨੂੰ ਦੂਰ ਬੈਠੇ ਨੂੰ ਕੋਈ ਵੈਸੇ ਲੰਮਾ ਚੌੜਾ ਨੁਕਸਾਨ ਨਹੀਂ ਇਸੇ ਤਰੀਕੇ ਨਾਲ ਯੂ ਐਸ ਨੂੰ ਵੀ ਕੋਈ ਵੈਸੇ ਦਾ ਲੰਮਾ ਚੌੜਾ ਨੁਕਸਾਨ ਨਹੀਂ ਜੇ ਨੁਕਸਾਨ ਹੋ ਸਕਦਾ ਤੇਲ ਦੇ ਨਾਲ ਸਬੰਧਤ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕੋਈ ਉਪੜਾਉਣ ਆ ਸਕਦੀ ਹੈ ਕਿਉਂਕਿ ਵੱਡੇ ਤੇਲ ਦੇ ਭੰਡਾਰ ਹੈਗੇ ਆ ਈਰਾਨ ਦੇ ਕੋਲੇ ਅਗਲੀ ਗੱਲਬਾਤ ਜਿਹੜੀ ਚਰਚਾ ਦੇ ਵਿੱਚ ਆ ਰ ਰੀਸੈਂਟਲੀ ਇਹ ਕਹਿਆ ਜਾ ਰਿਹਾ ਸੀਗਾ ਕਿ ਇਜ਼ਰਾਈਲ ਦੇ ਉੱਤੇ ਜਿਹੜੀਆਂ ਲਗਾਤਾਰੇ ਰਾਕਟ ਡਾਕੇ ਗਏ ਈਰਾਨ ਦੇ ਵੱਲੋਂ ਇਹਦਾ ਜਦੋਂ ਇਹਨਾਂ ਨੇ ਹਮਲਾ ਰਿਟੈਲੀਏਟ ਕਰਨਾ ਤਾਂ ਹੋ ਸਕਦਾ ਹੈ ਕਿ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈਗਾ ਉਹਨੂੰ ਡਿਸਟਰੋਏ ਕਰ ਦੇਣ ਪਰ ਜੇ ਨਿਊਕਲੀਅਰ ਪ੍ਰੋਗਰਾਮ ਦੇ ਉੱਤੇ ਅਟੈਕ ਹੁੰਦਾ ਹੈ ਤਾਂ ਪੂਰੀ ਦੁਨੀਆ ਦੀ ਜਿਹੜੀ ਸ਼ਾਂਤੀ ਦੀ ਸੰਧੀ ਹੈ ਉਹ ਕਿਤੇ ਨਾ ਕਿਤੇ ਉਹਦੇ ਨਾਲ ਗੜਬੜ ਹੁੰਦੀ ਹੈ ਸੋ ਮੰਨਿਆ ਜਾ ਰਿਹਾ ਹੈ ਕਿ ਹੁਣ ਨਿਊਕਲੀਅਰ ਪ੍ਰੋਗਰਾਮ ਤੋਂ ਹਟਾ ਕੇ ਜਿਹੜਾ ਧਿਆਨ ਹੈਗਾ ਇਜ਼ਰਾਈਲ ਦਾ ਸਮੇਤ ਯੂਐਸਏ ਦੇ ਉਹ ਈਰਾਨ ਦੇ ਤੇਲ ਭੰਡਾਰ ਨੂੰ ਡਿਸਟਰੋਏ ਕਰ ਸਕਦੇ ਆ ਜੇ ਅਗਲੀ ਵੱਡੀ ਕਾਰਵਾਈ ਕਰਨੀ ਹੋਈ ਤੇ ਜੇ ਈਰਾਨ ਦਾ ਤੇਲ ਭੰਡਾਰ ਡਿਸਟਰੋਏ ਹੁੰਦਾ ਤਾਂ ਬਿਲੀਅਨਸ ਆਫ ਡਾਲਰ ਦਾ ਈਰਾਨ ਦਾ ਨੁਕਸਾਨ ਆ ਬਾਕੀਆਂ ਦਾ ਨੁਕਸਾਨ ਕੋਈ ਨਾ ਲੰਮਾ